ਸਟੇਜ ਤੇ ਬੈਠੇ ਵੱਖ-ਵੱਖ ਜਥੀਆਂ ਬੰਨੀਆਂ ਨੇ ਆਗੂ ਸਾਹਿਬਾਨ ਤੇ ਪੰਡਾਲ 'ਚ ਬੈਠੇ ਮੇਰੇ ਕਿਸਾਨ ਵੀਰੋ ਤੇ ਭੈਣੋਂ ਕਿਉਂਕਿ ਸਵੇਰ ਦਾ ਅੱਜ ਜਿਹੜੇ ਢਾਡੀ ਹੀ ਬਾਤ ਗਾ ਗਏ ਉਸ ਤੋਂ ਬਾਅਦ ਸਟੇਜ ਦਾ ਰੰਗ ਥੋੜਾ ਬਦਲਿਆ ਨਹੀਂ ਮੇਰਾ ਇੱਕ ਗੀਤ ਜੋ ਉਹ ਗੀਤ ਮੈਂ ਆਪਦੇ ਸਨਮੁਖ ਰੱਖ ਰਹੇ ਆ ਜਦੋਂ ਇੱਕ ਜਵਾਨ ਧੀ ਪਰਿਵਾਰ ਦੇ ਵਿੱਚ ਵੱਡੀ ਹੁੰਦੀ ਹੈ ਤਾਂ ਉਹਦੇ ਜਿਹੜੇ ਪੇਰੈਂਟਸ ਮਾਪੇ ਉਹ ਫਿਗਰਾਂ ਦੇ ਵਿੱਚ ਉਹਦੇ ਵਿਆਹ ਦੀ ਗੱਲ ਕਰਦੇ ਆ ਤੇ ਉਹ ਧੀ ਦਾ ਪਕਾਰ ਜਿਹੜੀ ਆ ਉਹ ਸਾਡੇ ਲੋਕ ਕਵੀ ਸੰਤ ਰਾਮਦਾਸੀ ਨੇ ਲਿਖਿਆ ਉਹ ਮੈਂ ਬੋਲ ਆਪਦੇ ਸਨਮਕ ਰੱਖਦਾ ਉਹ ਗੀਤ ਦੇ ਬੋਲ ਨੇ ਨੰਗੀਆਂ ਨੰਗੀਆਂ ਪੈਰਾਂ ਤੇ ਲੱਗਾ ਗੇਠੇ ਗੇਠੇ ਘਰ ਬਾਪੂ ਖੇਤੋਂ ਲੈ ਕੇ ਆਇਆ ਜਾਂ ਚਰੀ ਨੰਗੇ ਆ ਪਰ ਹਤੇ ਲੱਗਾ ਗੇਠੇ ਗੇਠੇ ਗਾਰਾ ਬਾਪੂ ਖੇਤੋਂ ਲੈ ਕੇ ਆਇਆ ਜਾਂ ਚਰੀ ਰੋਟੀ ਖਾਣ ਲੱਗੇ ਦੀ ਨਜ਼ਰ ਪਈ ਮੇਰੇ ਤੇ ਜਾਂ ਰਹਿ ਗਈ ਰੋਟੀ ਹੱਥ ਤੇ ਤਰੀ ਅੰਨ ਪੜਤੀ ਨਾ ਝਟ ਪੜ ਲੈ ਬਾਪੂ ਦੇ ਨੀ ਚੇਂ ਤਾਰੇ ਚੇਰੇ ਤੋਂ ਨਿਸ਼ਾਨ ਮੇਰੀ ਨੀ ਮਾਏ ਮੇਰੇ ਦਿਲਾਂ ਦੀ ਏ ਮਾਰੇ ਮੇ ਹੋਏ ਮੇਰੇ ਦਰਦ ਜਵਾਨ ਮੇਰੀ ਨੀ ਮਾਏ ਮੇਰੇ ਦਿਲਾਂ ਦੀ ਏ ਮਾਰੇ ਮੇ ਹੋਏ ਮੇਰੇ ਦਰਦ ਜਵਾਨ ਵੀਰੇ ਨੂੰ ਪੜਾਈਆਂ ਨਿਜ ਮਾਤਾ ਸੋळा ਕਿਹੜੇ ਕੰਮ ਚੁੱਕ ਚੁੱਕ ਸ਼ਾਹਾਂ ਤੋਂ ਆਦਾਰ ਬੀਰੇ ਨੂੰ ਪੜਾਇਆ ਨਿੱਜ ਮਾਤਾਂ ਸੋळा ਕਿਹੜੇ ਕੰਮ ਚੁੱਕ ਚੁੱਕ ਸ਼ਾਹਾਂ ਤੋਂ ਆਦਾਰ 5 ਸਾਲ ਹੋ ਗਏ ਉਹਨੂੰ ਇੰਟਰਵਿਊਆਂ ਦਿੰਦਿਆਂ ਨੂੰ ਮਿਲਿਆ ਨਾ ਅਜੇ ਰੁਜ਼ਗਾਰ ਐਦ ਕਿਨਾ ਮੋੜੇ ਪੈਦੇ ਕਰ ਕੇ ਕਰਾ ਦੂੰ ਕਰ ਕਹਿ ਗਿਆ ਸੀ ਲਾਲਾ ਭਗਵਾਨ ਮੇਰੀ ਇਹ ਨਹੀਂ ਮੈਂ ਮੇਰੇ ਦਿਲਾਂ ਦੀ ਇਹ ਮਹਿਰ ਮੈਂ ਹੋਏ ਮੇਰੇ ਦਰਦ ਜਵਾਨ ਦਰਦ ਕੁਵਾਰੇ ਸਾਥ ਸਾਹਮਣਿਓ ਹੁੰਦੇ ਮੈਂ ਇਹਨਾਂ ਨੂੰ ਹੈ ਹਾਣੀਆਂ ਦੀ ਲੋੜ ਜਿਨ੍ਹਾਂ ਨੇ ਢਿਕਾਰੇ ਫੜੇ ਦਰਦਾਂ ਦੇ ਹਾਣੀ ਮੈਂ ਵੱਡਦੇ ਇਹ ਦੈਂਤਾਂ ਜਹੋਰ ਧੀਆਂ ਪੁੱਤ ਅਸੀਂ ਵੀ ਆ ਪਿਤਾ ਦਸ਼ਮੇ ਜਿਦਾਨੀ ਸੱਚ ਤੇ ਸਾਨੂੰ ਵੀ ਗਮ ਮੇਰੀ ਇਹ ਨਹੀਂ ਮਾਂਏ ਮੇਰੇ ਦਿਲਾਂ ਦੀ ਇਹ ਮਹਿਰ ਮੈਂ ਹੋਏ ਮੇਰੇ ਦਰਦ ਜਵਾਂ ਨੀਅੰਮੀਏ ਲੱਭ ਮੇਰੇ ਦਰਦਾਂ ਦਾ ਇਨਕਲਾਬ ਜਿੰਦਾਬਾ ਸੰਜੋਤ ਮੋਰਚਾ ਜਿੰਦਾਬਾ